ਕਲਵੰਤ ਸਿੰਘ ਵਿਰਕ ਦੀ ਕਹਾਣੀ ਦੇ ਲੰਮੀ ਨਦਰ ਨਿਹਾਲੀ ਹੈ ਪ੍ਰੀਤਮ ਕੌਰ ਜੱਟਾਂ ਦੇ ਇੱਕ ਵੱਡੇ ਘਰਾਣੇ 'ਚ ਵਿਆਹੀ ਹੋਈ ਸੀ ਉਹਦਾ ਮੁੰਡਾ ਬਾਈਸਾਈਕਲ ਤੇ ਚੜ ਕੇ ਸਕੂਲ ਜਾਂਦਾ ਸੀ ਭਾਵੇਂ ਸਕੂਲ ਵਾਲਾ ਸ਼ਹਿਰ ਉਹਨਾਂ ਦੇ ਪਿੰਡ ਤੋਂ 1 ਮੀਲ ਹੀ ਦੂਰ ਸੀ ਤੇ ਪਿੰਡ ਦੇ ਬਾਕੀ ਮੁੰਡੇ ਟਰੱਕੇ ਸਕੂਲੇ ਜਾਂਦੇ ਸਨ ਉਹਦੀ ਨਿੱਕੀ ਜੀ ਕੁੜੀ ਸ਼ਹਿਰੀ ਨਮੂਨੇ ਦੀਆਂ ਸੀਟੀਆਂ ਰੰਗ-ਬਰੰਗੀਆਂ ਫਰਾਕਾਂ ਪਾਉਂਦੀ ਤੇ ਉਹ ਸਵਾਈਆਂ ਵੀ ਸ਼ਹਿਰ ਚੋਂ ਹੀ ਜਾਂਦੀਆਂ ਜਦੋਂ ਇਹ ਪੇਕੇ ਪਿੰਡ ਆਉਂਦੀ ਤਾਂ ਉਹਦੇ ਕੱਪੜੇ ਪਿੰਡ ਦੀਆਂ ਹੋਰ ਸਾਰੀਆਂ ਕੁੜੀਆਂ ਜਨਾਨੀਆਂ ਨਾਲੋਂ ਮਹਿੰਗੇ ਤੇ ਚਿੱਟੇ ਹੁੰਦੇ। ਕਈ ਵਾਰ ਉਹਦੇ ਤਿੰਨੇ ਕੱਪੜੇ ਰੇਸ਼ਮੀ ਹੁੰਦੇ। ਉਹਦੇ ਪਿੰਡ ਦੇ ਹੋਰ ਲੋਕ ਜਿਨ੍ਹਾਂ ਦੀਆਂ ਕੁੜੀਆਂ ਐਡੇ ਬਖਤਾਵਰਾਂ ਦੇ ਨਹੀਂ ਵਿਆਈਆਂ ਸਨ, ਉਹਨੂੰ ਵੇਖ ਕੇ ਰਸਕ ਖਾਂਦੇ। ਉਹਨਾਂ ਦੀਆਂ ਵਿਆਹੀਆਂ ਹੋਈਆਂ ਧੀਆਂ ਘੱਟ ਵੱਧ ਉਸੇ ਤਰ੍ਹਾਂ ਹੀ ਰਹਿੰਦੀਆਂ ਜਿਵੇਂ ਉਹਨਾਂ ਦੀਆਂ ਨੂੰਹਾਂ ਰਹਿੰਦੀਆਂ ਸਨ ਤੇ ਉਹਨਾਂ ਦੇ ਦੋਤਰੇ ਉਸੇ ਤਰ੍ਹਾਂ ਹੀ ਲੱਗਦੇ ਜਿਸ ਤਰ੍ਹਾਂ ਦੇ ਉਹਨਾਂ ਦੇ ਪੋਤਰੇ। ਇਹ ਸਾਰੇ ਕਿਸੇ ਦਿਨ ਦੇਹਾਰ ਨੂੰ ਹੀ ਚੰਗੇ ਕੱਪੜੇ ਪਾਉਂਦੇ ਪਰ ਤਗੜੇ ਜੱਟਾਂ ਨੂੰ ਅੱਗੇ ਹੀ ਕਾਮ ਬਿਮਾਰੀ ਹੁੰਦੀ ਸੀ ਉਹ ਵਿਆਹ ਦੂਜਾ ਕਰਵਾ ਲੈਂਦੇ ਸਨ ਤੇ ਜਦੋਂ ਪ੍ਰੀਤਮ ਕੌਰ ਅਧ ਖੜਾਂ ਚ ਪੈਰ ਧਰਨ ਲੱਗੀ ਤਾਂ ਉਹਦੇ ਘਰ ਵਾਲੇ ਪਿਆਰਾ ਸਿੰਘ ਨੇ ਵੀ ਨਵਾਂ ਵਿਆਹ ਕਰਵਾ ਲਿਆ ਕੋਈ ਮੇਲ ਨਹੀਂ ਜੰਝ ਨਹੀਂ ਆਪੇ ਦੋ ਤਿੰਨ ਯਾਰ ਰਲ ਕੇ ਗਏ ਜਨਾਨੀ ਲਿਆਂਦੀ ਪਿਆਰਾ ਸਿੰਘ ਨੇ ਆਪਣੀ ਹਵੇਲੀ ਦਾ ਚੁਬਾਰਾ ਖਾਲੀ ਕਰਾਇਆ ਤੇ ਉੱਥੇ ਟਿਕਾਣਾ ਕਰ ਦਿੱਤਾ ਇਸ ਦੂਜੇ ਵਿਆਹ ਦੀ ਜੇ ਪ੍ਰੀਤਮ ਕੌਰ ਦੇ ਮਨ ਨੂੰ ਜੋਖੀ ਸੱਟ ਲੱਗੀ ਸੀ ਤਾਂ ਉਹਨੇ ਲੁਕਾ ਲਈ ਸੀ ਕਿਉਂਕਿ ਵੇਖਣ ਵਾਲਿਆਂ ਨੇ ਉਹਦੇ ਵਤੀਰੇ 'ਚ ਕੋਈ ਬਹੁਤਾ ਫਰਕ ਨਾ ਵੇਖਿਆ ਤੇ ਆਣ ਗੁਆਣ ਨੇ ਉਹਨੂੰ ਲੜਾਈ ਝਗੜਾ ਜਾਂ ਹਾਲ ਪਾਰਿਆਂ ਕਰਦਿਆਂ ਨਾ ਨਾ ਸੁਣਿਆ ਨਵੀਂ ਬੋਟੀ ਚੁਬਾਰੇ ਤੇ ਰਹਿੰਦੀ ਰਹੀ ਤੀ ਉਹ ਆਪ ਪਿੰਡ ਬਰਾਦਰੀ ਲਈ ਜੇ ਵੀ ਪਿਆਰਾ ਸਿੰਘ ਦੀ ਬੋਟੀ ਪ੍ਰੀਤਮ ਕੌਰੀ ਸੀ ਰਾਤ ਪੈਂਡ ਤੱਕ ਪਿਆਰਾ ਸਿੰਘ ਹੀ ਰਹਿੰਦਾ ਆਏ ਗਏ ਤੇ ਕੰਮਿਆਂ ਦੀ ਰੋਟੀ ਦਾ ਬੰਦੋਬਸਤ ਪੁਰਾਣੀ ਬੋਟੀ ਦੇ ਜਿਮੇ ਹੀ ਸੀ ਤੇ ਘਰ ਚ ਲਾਉਣ ਦਾ ਭਾਰ ਵੀ ਉਹਦੇ ਸਿਰ ਅੰਗਸਾਖ ਸੰਭਾਲਣਾ ਕਿਸੇ ਮੰਗਣੇ ਵਿਆਹ ਤੇ ਜਾਣਾ ਇਹ ਸਾਰੇ ਕੰਮ ਉਹਦੇ ਸਨ। ਉਹਦੇ ਆਪਣੇ ਸਾਖ ਅੰਗ ਵੀ ਬੇਖਟ ਕੇ ਉਹਦੇ ਘਰ ਆਉਂਦੇ ਤੇ ਉਹਨਾਂ ਨੂੰ ਪਹਿਲਾਂ ਜਿੰਨਾ ਹੀ ਮਾਣ ਮਿਲਦਾ। ਦਾਣੇ ਫੱਕੇ ਦੀ ਕੁੰਜੀ ਵੀ ਉਹਦੇ ਕੋਲ ਹੀ ਸੀ। ਨਵੀਂ ਬੋਟੀ ਬਸ ਆਪਣੀ ਜਾਨ ਦੀ ਹੀ ਜ਼ਿੰਮੇਵਾਰ ਸੀ। ਪਰ ਹੌਲੀ-ਹੌਲੀ ਪਾਸਾ ਪਰਤਦਾ ਗਿਆ। ਨਵੀਂ ਬੋਟੀ ਦੇ ਵੀ ਅਨਜਾਣੇ ਹੋ ਗਏ। ਉਹ ਵੇੜੇ 'ਚ ਖੇਡਦੇ ਰਹਿੰਦੇ, ਖੇਡਦੇ-ਖੇਡਦੇ ਬਾਹਰ ਨਿਕਲ ਜਾਂਦੇ। ਪਹਿਲਾਂ ਅਨਜਾਣਿਆਂ ਦੇ ਪਿੱਛੇ ਤੇ ਫਿਰ ਉਸ ਤਰ੍ਹਾਂ ਹੀ ਉਹ ਪਿੰਡ ਵਿੱਚ ਲੋਕਾਂ ਦੇ ਘਰ ਆਉਣ ਜਾਣ ਲੱਗ ਪਏ। ਦਾਣੇ ਕੱਪੜੇ ਦੀ ਕੁੰਜੀ ਤੇ ਪ੍ਰੀਤਮ ਕੌਰ ਕੋਲ ਸੀ ਪਰ ਪੈਸੇ ਟਕੇ ਦੀ ਗੰਡ ਪਹਿਲਾਂ ਪਿਆਰਾ ਸਿੰਘ ਨੇ ਆਪਣੇ ਕੋਲ ਕਰ ਲਈ ਤੇ ਫਿਰ ਇਸ ਨਵੀਂ ਵੋਟੀ ਦੇ ਹਵਾਲੇ ਕਰ ਦਿੱਤੇ ਪ੍ਰੀਤਮ ਕੌਰ ਦੀ ਕੁੜੀ ਪਹਿਲਾਂ ਵਿਆਹੀ ਗਈ ਸੀ ਮੁੰਡਾ ਵੀ ਹੁਣ ਜਵਾਨ ਹੋ ਕੇ ਵਿਆਇਆ ਗਿਆ ਸੀ ਪਰ ਉਹ ਪ੍ਰੀਤਮ ਕੌਰ ਲਈ ਬਹੁਤਾ ਆਸਰਾ ਨਹੀਂ ਸੀ ਆਪਣੀ ਥਾਂ ਮੁੰਡਾ ਆਪਣੀ ਮਾਂ ਨਾਲੋਂ ਵੀ ਬਹੁਤਾ ਦੁਖੀ ਸੀ ਜਿੰਨੇ ਪੁੱਤਰ ਮਤਰਈ ਮਾਂ ਚ ਹੁੰਦੇ ਜਾਣ ਓਨੇ ਉਹਦੇ ਹਿੱਸੇ ਦੀ ਭੁਇਂ ਘਟਦੀ ਜਾਂਦੀ ਸੀ ਕਿਉਂਕਿ ਭੁਇਂ ਸਾਰੇ ਪਰਾਂਵਾਂ ਚ ਕੋ ਜਿੰਨੀ ਵੰਡੀ ਜਾਣੀ ਸੀ ਕੁਝ ਆਪਣੀ ਮਾਂ ਦੇ ਦੁੱਖੋਂ ਤੇ ਬਹੁਤਾ ਆਪਣੇ ਦੁੱਖੋਂ ਉਹ ਆਪਣੇ ਪਿਓ ਨਾਲ ਤਤਾ ਠੰਡਾ ਹੋਣ ਲੱਗ ਪਿਆ ਪਰ ਤਗੜੇ ਜੱਟ ਦੇ ਸਾਹਮਣੇ ਪੁੱਤਰ ਦੀ ਕੋਈ ਪੇਸ਼ ਨਹੀਂ ਜਾਂਦੀ ਭੋਏ ਭਾਂਡਾ ਤੇ ਸਾਰਾ ਪਿਓ ਦੇ ਨਾਂ ਹੁੰਦਾ ਤੇ ਉਹਦੇ ਮਰਨ ਤੱਕ ਉਹਦੇ ਨਾਂ ਹੀ ਰਹਿਣਾ ਹੁੰਦਾ ਹੈ ਪੁੱਤਰ ਨੂੰ ਕੁਝ ਦੇਣਾ ਜਾਂ ਨਾ ਦੇਣਾ ਉਹਦੀ ਆਪਣੀ ਮਰਜ਼ੀ ਤੇ ਹੁੰਦਾ ਹੈ ਖਾਸ ਕਰ ਜੇ ਪਿਓ ਪੈਸੇ ਵਾਲਾ ਹੋਵੇ ਤੇ ਉਹਨੂੰ ਪੁੱਤਰ ਦੀ ਕਾਰ ਦੀ ਵੀ ਲੋੜ ਨਾ ਹੋਵੇ ਵੱਧੀ ਵੱਧੀ ਗੱਲ ਇੱਥੋਂ ਤੱਕ ਕਪੜੀ ਕੇ ਪਿਆਰਾ ਸਿੰਘ ਨੇ ਉਹਨੂੰ ਖਰਚ ਪੱਠਾ ਦੇਣਾ ਵੀ ਬੰਦ ਕਰ ਦਿੱਤਾ ਫਿਰ ਉਹਨੂੰ ਕਨਸੂਆਂ ਆਪੜੀਆਂ ਕਿ ਦੂਜੇ ਵਿਆਹ ਦੇ ਦੁੱਖੋਂ ਉਹਦਾ ਮੁੰਡਾ ਉਹਨੂੰ ਮਰਵਾਉਣ ਨੂੰ ਫਿਰਦਾ ਸੀ। ਉਹਦੇ ਮੁੰਡੇ ਨੂੰ ਉਹਨੇ ਮੁੰਡੇ ਨੂੰ ਆਪਣੀਆਂ ਪੈਲੀਆਂ 'ਚ ਵੜਨ ਤੋਂ ਵੀ ਮਨਾ ਕਰ ਦਿੱਤਾ। ਅਫਸਰ ਵੀ ਸਾਰੇ ਪਿਆਰਾ ਸਿੰਘ ਦੇ ਨਾਲ ਸਨ। ਉਹਦਾ ਪੁੱਤਰ ਆਪਣੀ ਕੋਈ ਪੇਸ਼ ਨਾ ਜਾਂਦੀ ਵੇਖ ਕੇ ਘਰੋਂ ਨਿਕਲ ਗਿਆ ਤੇ ਉਸ ਇੱਕ ਹੋਰ ਪਿੰਡ ਕਿਸੇ ਦੇ ਫਾਰਮ ਤੇ ਨੌਕਰੀ ਕਰ ਲਈ। ਉੱਥੇ ਉਹਨੇ ਆਪਣੀ ਘੋਟੀ ਮੰਗਵਾ ਲਈ। ਨੂੰ ਪੁੱਤਰ ਦੇ ਜਾਣ ਪਿੱਛੋਂ ਪ੍ਰੀਤਮ ਕੌਰ ਨੂੰ ਦਮੇ ਨੇ ਆ ਕੇ ਰਿਆ। ਬਿਮਾਰੀ ਲੱਗ ਜਾਣ ਦੇ ਡਰ ਤੋਂ ਪਿਆਰਾ ਸਿੰਘ ਨੇ ਉਹਨੋਂ ਦੇ ਮੱਥੇ ਲੱਗਣਾ ਵੀ ਛੱਡ ਦਿੱਤਾ ਦਮਾ ਛੂਤੀ ਬਿਮਾਰੀ ਨਹੀਂ ਪਰ ਜੇ ਇੱਕ ਬਹਾਨੇ ਜੇ ਇਸ ਬਹਾਨੇ ਇੱਕ ਬੁੱਢੀ ਦੇ ਬਿਮਾਰ ਵੋਟੀ ਤੋਂ ਜਾਨ ਛੁੱਟਦੀ ਹੋਵੇ ਤਾਂ ਇਹ ਕੋਈ ਐਡਾ ਮਾੜਾ ਬਹਾਨਾ ਨਹੀਂ ਵੱਡਾ ਗੁੱਸਾ ਉਹਨੂੰ ਇਹ ਸੀ ਕਿ ਪ੍ਰੀਤਮ ਕੌਰ ਦੀ ਕੁੱਖੂ ਹੋਇਆ ਪੁੱਤਰ ਉਹਨੂੰ ਜਾਨੋਂ ਮਾਰ ਦੇਣ ਦੀ ਸੋਚਦਾ ਰਿਹਾ ਸੀ ਪ੍ਰੀਤਮ ਕੌਰ ਹੁਣ ਬਸ ਆਪਣੇ ਆਪ ਜੋਗੀ ਰਹਿ ਗਈ ਸੀ ਕੱਲੀ ਮੰਜੀ ਤੇ ਪਈ ਰਹਿੰਦੀ ਜਦੋਂ ਭੁੱਖ ਲੱਗਦੀ ਕੁਝ ਖਾ ਪਕਾ ਲੈਂਦੀ ਨਿੱਕੀ ਵੋਟੀ ਤੇ ਬਾਲਾਂ ਨੂੰ ਉਸ ਤੋਂ ਦਮਾ ਹੋ ਜਾਣ ਦਾ ਡਰ ਸੀ ਹੁਣ ਵੀ ਵੱਡੇ ਵੇੜੇ 'ਚ ਸਾਹਮਣੇ ਬਿਮਾਰ ਦੀ ਮੰਜੀ ਪਈ ਬੁਰੀ ਲੱਗਦੀ ਐ ਹਵੇਲੀ ਦੀ ਇੱਕ ਗੁੱਠੇ ਇੱਕ ਵੱਖਰਾ ਜਿਹਾ ਕੋਠਾ ਸੀ ਜਿਸ 'ਚ ਮੀਂਹ ਕਣੀ ਤੋਂ ਬਚਾ ਲਈ ਗੋਹੀ ਮੰਜੀਆਂ ਤੇ ਵਾਧੂ ਪਾਵੇ ਤੇ ਸਿਰੂ ਹਲਦਾ ਕੁੜ ਜਾਂ ਪੰਜਾਲੀਆਂ ਦੀਆਂ ਅਰਲੀਆਂ ਤੇ ਮੁਠੀਏ ਬਣਾਉ ਬਣ ਲਈ ਲੱਕੜਾਂ ਪਈਆਂ ਰਹਿੰਦੀਆਂ ਸਨ ਇਹ ਕੋਠਾ ਸਾਫ਼ ਕਰਕੇ ਪ੍ਰੀਤਮ ਕੌਰ ਦੀ ਮੰਜੀ ਉੱਥੇ ਕਰ ਦਿੱਤੀ ਗਈ ਤੇ ਘਰ ਨਾਲੋਂ ਦਾ ਸਬੰਧ ਬਿਲਕੁਲ ਟੁੱਟ ਗਿਆ ਫਿਰ ਪਾਕਿਸਤਾਨ ਬਣ ਗਿਆ ਦੁਨੀਆ ਦੇ ਪਦਾਰਥਾਂ ਵਿੱਚੋਂ ਪਿਆਰਾ ਸਿੰਘ ਦਾ ਹਿੱਸਾ ਘਟ ਗਿਆ ਤੇ ਪ੍ਰੀਤਮ ਕੌਰ ਦਾ ਫੋੜ ਵੀ ਘਟ ਗਿਆ ਜੈਸ ਤਰ੍ਹਾਂ ਕਹਿ ਲਓ ਕਿ ਉਹਦਾ ਹਿੱਸਾ ਉਸਨੂੰ ਹੀ ਮੁੱਕ ਗਿਆ ਕਿਉਂਕਿ ਘਟਿਆ ਹੋਇਆ ਤਾਂ ਪਹਿਲਾਂ ਹੀ ਬਥੇਰਾ ਸੀ ਉਹਦਾ ਪੁੱਤਰ ਵੀ ਉਸ ਕੋਲ ਨਹੀਂ ਆ ਸਕਦਾ ਸੀ ਕਿਉਂਕਿ ਉਤੇ ਪਿਆਰਾ ਸਿੰਘ ਇੱਕ ਦੂਜੇ ਦੇ ਜਾਨ ਦੇ ਵੈਰੀ ਸਨ ਉਹਨੂੰ ਆਪਣੇ ਨਾਲ ਵੀ ਨਹੀਂ ਲੈ ਜਾ ਸਕਦਾ ਸੀ ਕਿਉਂਕਿ ਜਿਸ ਫਾਰਮ ਵਿੱਚੋਂ ਮੁੰਡਾ ਨੌਕਰ ਸੀ ਉਹ ਤੇ ਪਾਕਿਸਤਾਨ ਰਹਿ ਗਿਆ ਸੀ ਤੇ ਉਹ ਹੁਣ ਕਿਸੇ ਹੋਰ ਨੌਕਰੀ ਦੀ ਭਾਲ ਵਿੱਚ ਸੀ ਪ੍ਰੀਤਮ ਘਰ ਆਪੇ ਮਾਰ ਰਹੀ ਰਹਿੰਦੀ ਸੀ ਬਹੁਤੀ ਰੋਟੀ ਤੇ ਉਹਨੇ ਖਾਣੀ ਨਹੀਂ ਸੀ ਇਸ ਲਈ ਉਹਦਾ ਘਰ ਵਾਲਾ ਤੇ ਸੌਂਕਣੋਂ ਨੂੰ 6 ਮਹੀਨਿਆਂ ਪਿਛੋਂ ਮੰਨ ਡੇਡ ਮਣ ਦਾਣਿਆਂ ਤੇ ਬਸ ਕਰਦੇ ਨਿੱਕੀ ਵੋਟੀ ਦੇ ਲਾਏ ਹੋਏ ਕੱਪੜੇ ਉਹਨੂੰ ਪਾਉਣ ਲਈ ਘੱਲ ਦਿੰਦੇ ਪ੍ਰੀਤਮ ਘਰ ਆਪਣੀ ਮੰਜੀ ਤੇ ਪਈ ਖੋਂਖੋਂ ਕਰਦੀ ਰਹਿੰਦੀ ਦੌਰਾ ਪੈਣ ਤੇ ਬਹੁਤ ਹੀ ਬੁਰਾ ਹਾਲ ਹੁੰਦਾ ਦੌਰਾ ਹਟਣ ਤੇ ਜੇ ਕਦੀ ਭੁੱਖ ਲੱਗਦੀ ਤਾਂ ਉੱਠ ਕੇ ਇੱਕ ਅੱਧ ਰੋਟੀ ਥੱਪ ਲੈਂਦੀ ਸਿਆਣੇ ਕਹਿੰਦੇ ਨੇ ਪੈਸਾ ਤੁਹਾਨੂੰ ਦੁਨੀਆ ਦੇ ਦੂਜੇ ਲੋਕਾਂ ਦੇ ਕੰਮ ਤੇ ਹੱਕ ਦਿੰਦਾ ਹੈ ਕਿਦਰ ਸਵਿਟਜ਼ਰਲੈਂਡ 'ਚ ਬੈਠਾ ਕੋਈ ਤੁਹਾਡੇ ਲਈ ਘੜੀ ਬਣਾ ਰਿਹਾ ਹੈ ਕੋਈ ਅਮਰੀਕਾ ਵਾਸੀ ਤੁਹਾਡੇ ਲਈ ਫਾਉਂਟੇਨ ਪੈਨ ਤਿਆਰ ਕਰ ਰਿਹਾ ਹੈ ਕੋਈ ਜਾਪਾਨੀ ਤੁਹਾਡੇ ਲਈ ਬਟਨ ਘੜ ਰਿਹਾ ਹੈ ਤੁਹਾਡੀ ਜੇਬ ਵਿੱਚਲੇ ਪੈਸੇ ਦਾ ਸਦਕਾ ਦੂਜੇ ਪਾਸੇ ਜੇ ਤੁਹਾਡੇ ਕੋਲ ਕਦੀ ਵੀ ਕਿਸੇ ਨੂੰ ਦੇਣ ਨੂੰ ਕੁਝ ਨਹੀਂ ਵੇਲੇਕ ਵੇਲੇ ਕੋਈ ਸਾਗ ਭਾਜੀ ਵੀ ਨਹੀਂ ਵਿੜੇ 'ਚ ਕਿਸੇ ਰੁੱਖ ਦੀ ਛਾਂ ਵੀ ਨਹੀਂ ਤਾਂ ਲੋਕਾਂ ਨਾਲ ਤੁਹਾਡੇ ਸਬੰਧਾਂ ਤੇ ਇਹਦਾ ਜ਼ਰੂਰੀ ਅਸਰ ਪਵੇਗਾ ਪ੍ਰੀਤਮ ਕੌਰ ਨੂੰ ਹੁਣ ਜਦੋਂ ਦੇ ਘਰ ਵਾਲੇ ਤੇ ਉਹਦੇ ਪੁੱਤਰ ਤੇ ਉਨੇ ਛੱਡ ਦਿੱਤਾ ਤਾਂ ਲੋਕਾਂ ਨੇ ਉਹਨੂੰ ਛੱਡ ਦੇਣ ਚ ਕਿਹੜੀ ਹੈਰਾਨੀ ਦੀ ਗੱਲ ਸੀ ਇੱਕ ਦਿਨ ਉਹਦਾ ਘਰ ਵਾਲਾ ਸ਼ਹਿਰ ਜਾਣ ਲਈ ਤਿਆਰ ਹੋਇਆ ਸੀ ਇਹ ਸਾਸੂ ਉੱਤੇ ਕਿ ਸ਼ਾਇਦ ਉਹਦਾ ਉਸ ਨਾਲ ਅਜੇ ਵੀ ਕੁਝ ਸੰਬੰਧ ਹੋਵੇ ਉਹਨੇ ਗਵਾਂਢ ਤੋਂ ਇੱਕ ਅਣਜਾਣੇ ਨੂੰ ਕਿਹਾ ਜਾ ਕਰਤਾਰੇ ਦੇ ਬਾਪੂ ਨੂੰ ਜਾ ਕੇ ਜ਼ਰਾ ਆਖ ਕਰਤਾਰੇ ਦੀ ਬੀਬੀ ਕਹਿੰਦੀ ਹੈ ਸ਼ਹਿਰੋਂ ਮੇਰੇ ਲਈ ਕੋਈ ਦਵਾਈ ਲੈ ਕੇ ਆਉਣ ਮੇਰਾ ਬਹੁਤ ਬੁਰਾ ਹਾਲ ਹੈ ਉਹ ਸੰਜਾਣੇ ਨੇ ਆ ਕੇ ਕਿਹਾ ਉਹ ਕਹਿੰਦੇ ਨੇ ਦਵਾਈ ਮੰਗਵਾਉਣੀ ਹੈ ਤਾਂ ਪੈਸੇ ਦਿਓ ਉਦੇ ਘਰ ਵਾਲੇ ਨੇ ਉਹਨੂੰ ਅਸਲ ਵਿੱਚ ਛਿੰਕ ਦਿੱਤਾ ਹੋਇਆ ਸੀ ਉਸ ਕੋਲ ਪੈਸੇ ਕਿੱਥੋਂ ਆਏ ਅੱਛਾ ਕਹਿ ਕੇ ਉਹ ਉਸ ਅਣਜਾਣੇ ਨੂੰ ਟੋੜ ਦਿੱਤਾ ਇੱਕ ਦਿਨ ਮੂੰਹ ਬੁਲੇਟ ਕੇ ਲੇਟੀ ਹੋਈ ਪ੍ਰੀਤਮ ਕੌਰ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹਦੀ ਮੰਜੀ ਦੇ ਨੇੜੇ ਇੱਕ ਚੂਚਾ ਚਲੂੰ ਚਲੂੰ ਕਰ ਰਿਹਾ ਉਸ ਮੂੰਹ ਤੋਂ ਕੱਪੜਾ ਲਾ ਕੇ ਪਾਸਾ ਪਰਤ ਕੇ ਵੇਖਿਆ ਚਿੱਤਰ ਮਿੱਤਰ ਰੰਗ ਦਾ ਇੱਕ ਚੂਚਾ ਧੌਣ ਉੱਚੀ ਕਰ ਚ ਚਲਾ ਰਿਹਾ ਸੀ ਨਾਲ ਹੀ ਹੌਲੀ ਹੌਲੀ ਪੈਰ ਪੁੱਟ ਕੇ ਕੁਝ ਲੱਭ ਰਿਹਾ ਸੀ ਪਤਾ ਨਹੀਂ ਇਹ ਹੋਰ ਚੂਚਿਆਂ ਨਾਲੋਂ ਨਿੱਖੜ ਕੇ ਕਿਸ ਤਰ੍ਹਾਂ ਇੱਥੇ ਆ ਗਿਆ ਤੇ ਹੁਣ ਇਹਨੂੰ ਪਛਾਣ ਦਾ ਰਾਹ ਨਹੀਂ ਆਉਂਦਾ ਸੀ ਬੂੰਡਾ ਵੀ ਵਾਵਾ ਵੱਡਾ ਸੀ ਕੁਕੜੀ ਜੱਪਦੀ ਸੀ ਪ੍ਰੀਤਮ ਕੌਰ ਉੱਠੀ ਉਹਨੇ ਥੋੜਾ ਜਿਹਾ ਆਟਾ ਭਿਉਂ ਕੇ ਗੋਲੀਆਂ ਬਣਾ ਕੇ ਉਹਨੂੰ ਪਾਇਆ ਤੇ ਉਹ ਖਾਣ ਲੱਗ ਪਿਆ ਉਹ ਖਾ ਕੇ ਉੱਥੇ ਹੀ ਚੁਗਦਾ ਰਿਹਾ ਤੇ ਰਾਤ ਨੂੰ ਪ੍ਰੀਤਮ ਕੌਰ ਨੇ ਉਹਨੂੰ ਇੱਕ ਟੋਕਰੀ 'ਤੇ häng ਕੱਜ ਦਿੱਤਾ ਅਗਲੇ ਦਿਨ ਤੋਂ ਇਹ ਚੂਚਾ ਉੱਥੇ ਹੀ ਰਹਿਣ ਲੱਗ ਪਿਆ ਫਿਰ ਚੁੱਕ ਕੇ ਇੱਥੇ ਆ ਜਾਂਦਾ ਤੇ ਇੱਥੇ ਹੀ ਰਾਤ ਕੱਟਦਾ ਉਨੇ ਨੂੰ ਚੁਚਾ ਆਖਣਾ ਸ਼ਾਇਦ ਠੀਕ ਨਾ ਹੋਵੇ ਕਿਉਂਕਿ ਕੁਝ ਹੀ ਹਫ਼ਤਿਆਂ ਵਿੱਚ ਇਹ ਪੂਰੀ ਕੁਕੜੀ ਬਣ ਗਈ ਸੀ ਫਿਰ ਇੱਕ ਦਿਨ ਕੁੱਕ ਕ ਕਰਦੀ ਕੋਠੇ ਦੇ ਇੱਕ ਕੰਧ ਦੇ ਚ ਬਣੇ ਆਲੇ ਵਿੱਚ ਵੜ ਕੇ ਬੈਠ ਗਈ ਕੁਛਰ ਪਿੱਛੋਂ ਪ੍ਰੀਤਮ ਕੌਰ ਨੇ ਉੱਠ ਕੇ ਬੈਠੀ ਹੋਈ ਕੁਕੜੀ ਦੀਆਂ ਲੱਤਾਂ ਪਿੱਛੇ ਪੱਲਾ ਜਿਹਾ ਹੱਥ ਸਰਕਾਇਆ ਉੱਥੇ ਅੰਡਾ ਪਿਆ ਸੀ ਉਹਨੇ ਘੁੱਟ ਕੇ ਮੁੱਠ ਚ ਫੜ ਲਿਆ ਤੇ ਕੁਕੜੀ ਨੂੰ ਪਿਆਰ ਨਾਲ ਚੁੱਕ ਕੇ ਚੁਗਣ ਲਈ ਬਾਹਰ ਸੁੱਟ ਦਿੱਤਾ ਅੰਡਾ ਅਜੇ ਕੁਝ ਗਰਮ ਸੀ ਕੁਕੜੀ ਨੇ ਹੁਣੇ ਹੀ ਦਿੱਤਾ ਹੋਣਾ ਉਮੁੱਠ ਖੋਲ ਕੇ ਤਲੀ ਤੇ ਪਏ ਅੰਡੇ ਨੂੰ ਵੇਖ ਕੇ ਹੱਸ ਲੈਂਦੀ ਰਹੀ ਫਿਰ ਸਿਆਲ ਜਿਵੇਂ ਸਿਆਲ ਚ ਧੁੱਪ ਦਾ ਰਸ ਲਈਦਾ ਬੜੇ ਚਿਰ ਪਿਛੋਂ ਅੱਜ ਉਹਦੇ ਕੋਲ ਵੀ ਇਹੋ ਜਿਹੀ ਸ਼ੈ ਸੀ ਜਿਹਦੀ ਕਿਸੇ ਨੂੰ ਲੋੜ ਹੋ ਸਕਦੀ ਸੀ ਅੰਡੇ ਪਿੰਡ ਦੀ ਹੱਟੀ ਤੇ ਵਿਕ ਜਾਂਦੇ ਸਨ ਪਿੰਡ ਚ ਜਿਸ ਕਿਸੇ ਨੇ ਵੀ ਅੰਡੇ ਵੇਚਣੇ ਹੁੰਦੇ ਉਸ ਦੁਕਾਨ ਤੇ ਦੇ ਆਉਂਦਾ ਤੇ ਉੱਥੋਂ ਇੱਕ ਸਾਈਕਲ ਵਾਲਾ ਆਦਮੀ ਖਰੀਦ ਕੇ ਸ਼ਹਿਰ ਲੈ ਜਾਂਦਾ ਇਹ ਕਾਂਡੇ ਦੇ 6 ਪੈਸੇ ਮਿਲਦੇ ਸਨ ਪ੍ਰੀਤਮ ਕੌਰ ਵੀ ਅੰਡਾ ਉੱਥੇ ਲੈ ਗਈ ਕਿੰਨੇ ਚਿਰ ਤੋਂ ਉਹਨੇ ਆਪਣੀ ਧੀ ਨੂੰ ਚਿੱਠੀ ਨਹੀਂ ਲਿਖੀ ਸੀ ਤਿੰਨ ਪੈਸਿਆਂ ਦਾ ਕਾਰਡ ਲੈ ਕੇ ਦੁਕਾਨ ਤੋਂ ਹੀ ਉਹਨੇ ਲਖਵਾ ਲਿਆ ਤਿੰਨ ਪੈਸੇ ਅਜੇ ਹੋਰ ਸਨ ਅੱਗ ਬਾਲਣ ਲਈ ਕੋਲਾ ਅੰਗਿਆਰ ਲੈਣ ਲਈ ਉਹਨੂੰ ਘਰ ਘਰ ਖੱਜਲ ਹੋਣਾ ਪੈਂਦਾ ਸੀ ਤਿੰਨ ਪੈਸਿਆਂ ਦੀ ਉਸ ਇੱਕ ਥੀਲਾ ਦੀ ਡੱਬੀ ਲੈ ਲਈ ਇੰਨਾ ਕੁਝ ਤੇ ਅੱਜ ਦੇ ਅੰਡੇ ਵਿੱਚੋਂ ਸੀ ਕੱਲ ਉਹਦੀ ਕੁੱਕੜੀ ਖੋਰ ਅੰਡਾ ਦੇਗੀ ਪਰਸੋਂ ਹੋਰ ਤੇ ਉਸ ਤੋਂ ਮਗਰੋਂ ਵੀ ਹੋਰ ਹਰ ਰੋਜ਼ ਅੰਡੇ ਵੇਚ ਕੇ ਉਹ ਆਪਣੀਆਂ ਲੋੜਾਂ ਖਰੀਦੇਗੀ ਉਹਦੇ ਘਰ ਲਹਿਰ ਬਹਿਰ ਹੋ ਜਾਏਗੀ ਬੋਤਾਂ ਫਿਰਨ ਕਰਕੇ ਅੱਜ ਲੋਡੇ ਵੇਲੇ ਉਹਦੀ ਅੱਖ ਲੱਗ ਗਈ ਉਹ ਢੇਰ ਚਿਰ ਸੁੱਤੀ ਰਹੀ ਹੋएगी ਕਿਉਂਕਿ ਆਪਣੀ ਕੁੱਕੜੀ ਦੀ ਦਰਦਨਾਕ ਕਵਾਂਕ ਸੁਣ ਕੇ ਜਦੋਂ ਬੜਵਾਏ ਉੱਠੀ ਤਾਂ ਚੁੱਕੇ ਕੁਸਮਸੇ ਜੇ ਵਿੱਚ ਇੱਕ ਬਿੱਲਾ ਉਹਦੀ ਕੁੱਕੜੀ ਨੂੰ ਮੂੰਹ ਚ ਪਾਈ ਭੱਜਿਆ ਜਾ ਰਿਹਾ ਸੀ ਕੁੱਕੜੀ ਅਜੇ ਜਿਉਂਦੀ ਸੀ ਉਹ ਕਵਾਂਕ ਰਹੀ ਸੀ ਪਰ ਮਾਰ ਰਹੀ ਸੀ ਕੁੱਕੜੀ ਦੇ ਪਰ ਬਿੱਲੇ ਦੀਆਂ ਲੱਤਾਂ ਤੇ ਵੱਜਦੇ ਸਨ ਇਸ ਨਾਲ ਬਿੱਲੇ ਦੀ ਦੌੜ 'ਚ ਕੋਈ ਫਰਕ ਨਹੀਂ ਪੈਂਦਾ ਸੀ ਪ੍ਰੀਤਮਕੌਰ ਬਿੱਲੇ ਦੇ ਮਗਰ ਭੱਜੀ ਵੀ ਪਰ ਉਹ ਕੰਧ ਟੱਪ ਕੇ ਅੱਖੋਂ ਔਲੇ ਹੋ ਗਿਆ ਪ੍ਰੀਤਮ ਕੌਰ ਹੁਕੀ ਦੇ ਮਗਰ ਭੱਜੀ ਅਗਲੇ ਘਰਾਂ ਚੋਂ ਆਵਾਜ਼ ਆਈ ਫੜੋ ਇਹ ਬਿੱਲਾ ਕੁਕੜੀ ਲੈ ਗਿਆ ਪਰ ਬਿੱਲਾ ਕਿੱਥੇ ਫੜਿਆ ਜਾਂਦਾ ਘਰ ਸੁੰਨਾ ਹੋ ਗਿਆ ਅੱਗੇ ਤੇ ਪ੍ਰੀਤਮ ਕੌਰ ਸਾਂਝ ਵੇਲੇ ਕੁਕੜੀ ਨੂੰ ਟੋਕਰੀ ਹੇਠਾਂ ਦੇ ਕੇ ਉੱਤੇ ਇੱਟਾਂ ਰੱਖ ਦਿੰਦੀ ਸੀ ਅੱਜ ਉਹਦੀ ਅੱਖ ਲੱਗ ਜਾਣ ਕਰਕੇ ਵੇਲਾ ਟੱਪ ਗਿਆ ਸੀ ਤੇ ਨੰਗੀ ਬੈਠੀ ਕੁਕੜੀ ਨੂੰ ਬਿੱਲਾ ਫੜ ਕੇ ਲੈ ਗਿਆ ਸੀ ਜੇ ਉਹਨੂੰ ਝਟਕ ਪਹਿਲਾਂ ਜਾਗ ਆ ਜਾਂਦੀ ਤੇ ਉੱਠ ਕੇ ਉਹਨੂੰ ਟੋਕਰੀ ਹੇਠਾਂ ਬੰਦ ਕਰ ਦਿੰਦੀ ਤਾ ਕੁਕੜੀ ਬਚ ਜਾਣੀ ਸੀ ਉਹ ਭਲਕੇ ਵੀ ਅੰਡਾ ਦਿੰਦੀ ਪਰਸੋਂ ਵੀ ਤੇ ਹਰ ਰੋਜ਼ ਸਾਰੀ ਰਾਤ ਉਹ ਫਿਕਰ ਨਾਲ ਜਾਗਦੀ ਰਹੀ ਦਿਨ ਚੜੇ ਉਹਦੀ ਗਵੰਡਨ ਰਾਮੀ ਜੁਲਾਹੀ ਉਸ ਨਾਲ ਗੱਲਾਂ ਕਰਨ ਆਗੀ ਰਾਮੀ ਦਾ ਪੁੱਤਰ ਕਈਆਂ ਦਿਨਾਂ ਤੋਂ ਪੈਰੋਂ ਨੰਗਾ ਸੀ ਪਿੰਡ ਦੇ ਚਮਿਆਰ ਕੋਲੋਂ ਜੁੱਤੀ ਲੈਣ ਦੇ 4 ਰੁਪਏ ਲੱਗਦੇ ਸਨ ਸਵਾ 3 ਉਹਨੇ ਜੋੜ ਲਏ ਹੋਏ ਸਨ ਪਰ 12 ਨੇ ਹੋਰ ਰਲਾਂ ਵਿੱਚ ਨਹੀਂ ਸੀ ਆ ਰਹੇ ਮੁੰਡਾ ਨੰਗੇ ਪੈਰੀਂ ਘਰੋਂ ਜਾਂਦਾ ਘੱਟੇ ਨਾਲ ਲਿਬੜੇ ਪੈਰੀਂ ਆਵੜਦਾ ਜਿੰਨਾਂ ਚਿਰ ਉਹ ਬਾਹਰ ਰਹਿੰਦਾ ماں ਫਿਕਰ ਨਾਲ ਸੂਲੀ ਤੇ ਟੰਗੀ ਰਹਿੰਦੀ ਹਰ ਥਾਂ ਐਡੀਆਂ ਐਡੀਆਂ ਸੂਲਾਂ ਸਨ ਜੇ ਕੋ ਚੁੱਬ ਜਾਏ ਕੀ ਪਤਾ ਕਿੰਨੀ ਡੂੰਗੀ ਲੰਘ ਜਾਏ ਫੇਰ ਨਿਕਲੇ ਕਿ ਨਾ ਕੱਢਣ ਲੱਗਿਆ ਪੈਰ ਦਾ ਨਾਸ ਹੋ ਜਾਏ ਸੱਪ ਕੀੜੇ ਦਾ ਵੀ ਕੀ ਪਤਾ ਕਿੱਥੇ ਲੁਕਿਆ ਹੋਵੇ ਨੰਗਾ ਪੈਰ ਉੱਤੇ ਆ ਜਾਏ ਤਾਂ ਬਸ ਰਾਮੂ ਨੂੰ ਖਿਆਲ ਕਰਕੇ ਹੀ ਕੰਬਣੀ ਆ ਜਾਂਦੀ ਪਰसों ਇੱਕ ਜੱਟ ਨੇ ਰਾਮੂ ਦੇ ਪੁੱਤਰ ਨੂੰ ਦਿਹਾੜੀ ਲੱਗਣ ਲਈ ਆਖਿਆ ਸੀ ਰੋਟੀ ਦੇ ਨਾਲ 1 ਰੁਪਇਆ ਮਿਲਣਾ ਸੀ ਰਾਮੂ ਨੇ ਸੋਚਿਆ ਜੁੱਤੀ ਆ ਜਾਏਗੀ ਪਰ ਜਦੋਂ ਅਗਲੇ ਦਿਨ ਸਵੇਰੇ ਰਾਮੂ ਦਾ ਮੁੰਡਾ ਉਸ ਜੱਟ ਦੇ ਖੇਤਾਂ 'ਚ ਦਿਹਾੜੀ ਲੱਗਣ ਲਈ ਗਿਆ ਤਾਂ ਉਸ ਤੋਂ ਪਹਿਲਾਂ ਲਹਿੰਦੀ ਪੱਤੀ ਵਾਲੇ ਮਹਿਰਿਆਂ ਦਾ ਮੁੰਡਾ ਦਿਹਾੜੀ ਲੱਗਾ ਹੋਇਆ ਸੀ ਰਾਮੂ ਦਾ ਮੁੰਡਾ ਘਰ ਮੁੜ ਆਇਆ ਰਾਮੂ ਨੂੰ ਮਹਿਰਿਆਂ ਤੇ ਬੜਾ ਗੁੱਸਾ ਸੀ ਹੋਇਆ ਕਿ ਜੇ ਉਹਦੇ ਮੁੰਡੇ ਨੂੰ ਦਿਹਾੜੀ ਜਾਣ 'ਚ ਰਤਾ ਕੁਚਿਰ ਹੋ ਗਿਆ ਮਹਿਰਿਆਂ ਨੇ ਕਿ ਉਹ ਆਪਣਾ ਮੁੰਡਾ ਉਹਦੇ ਮੁੰਡੇ ਦੇ ਉੱਤੋਂ ਦੀ ਦਿਹਾੜੀ ਲਾ ਦਿੱਤਾ ਜਿਉ ਨਾਂ ਘੱਲ ਦੇ ਤਾਂ ਉਹਦੇ ਮੁੰਡੇ ਦੀ ਜੁੱਤੀ ਆ ਜਾਣੀ ਸੀ ਇਹ ਗੁੱਸਾ ਕੱਢਣੀ ਸਵੇਰੇ ਸਵੇਰੇ ਪ੍ਰੀਤਮ ਘਰ ਕੋਲ ਆਈ ਹੋਈ ਸੀ ਰੁੜ ਗਿਆ ਨੂੰ ਮੇਰਾ ਮੁੰਡਾ ਜੁੱਤੀ ਪਾਉਂਦਾ ਨਾ ਸੁਖਾਇਆ ਉਹ ਆਖਣ ਲੱਗੀ ਮੁੰਡੇ ਦੇ ਨੰਗੇ ਪੈਰਾਂ ਨਾਲ ਮੇਰੀ ਜਾਨ ਸੁੱਕ ਗਈ ਏ ਸਾਡੇ ਤੇ ਲਹੂ ਦੇ ਤਿਹਾਰੇ ਲੱਗੇ ਫਿਰਦੇ ਨੇ ਮੈਰੇ ਸਾਡੇ ਲਹੂ ਦੇ ਵੇ ਟੁੱਟ ਪੈਣਿਓ ਤੁਹਾਨੂੰ ਖਿਆਲ ਨਾ ਆਇਆ ਮੇਰੇ ਮੁੰਡੇ ਦੇ ਨੰਗੇਆਂ ਪੈਰਾਂ ਦਾ ਨੀ ਭੈਣੇ ਕੀ ਕਿਸੇ ਨੂੰ ਆਖੀਏ ਮੇਰੀ ਕੁੱਕੜੀ ਲੱਗੀ ਸਾਈ ਅੰਡੇ ਦੇਣ ਕੱਲ ਪਹਿਲਾਂ ਅੰਡਾ ਦੇ ਕੇ 6 ਪੈਸੇ ਲਏ ਸਨ ਤਿੰਨਾਂ ਪੈਸਿਆਂ ਦਾ ਇੱਕ ਕਾਟ ਲੈ ਕੇ ਕੁੜੀ ਨੂੰ ਪਾਇਆ ਤਿੰਨਾਂ ਪੈਸਿਆਂ ਦੀ ਇੱਕ ਤੀਲਾਂ ਦੀ ਡੱਬੀ ਲਈ ਮੈਂ ਆਖਿਆ ਕੁੱਕੜੀ ਅੰਡੇ ਦੇਣ ਲੱਗ ਪਈ ਐ ਹੁਣ ਜੂਨ ਸੌਖੀ ਲੰਗੇਗੀ ਮੈਨੂੰ ਹੁਣ ਕਾਹਦਾ ਫਿਕਰ ਐ ਰੋਜ਼ ਅੰਡਾ ਦੇਗੀ ਰੋਜ਼ ਵੇਚਾਂਗੇ ਰਾਤੀ ਰੁੜ ਗਿਆ ਬਿੱਲਾ ਪਿਆਈ ਕੁੱਕੜੀ ਫੜ ਕੇ ਲੈ ਗਿਆ ਈ ਜਾ ਆਵੇ ਤੱਤਿਆ ਤੈਨੂੰ ਤਰਸ ਨਾ ਆਇਆ ਮੇਰੀ ਰੋਜ਼ੀ ਹੱਥੋਂ ਖੋਹਨੇ ਆ ਧੰਨਵਾਦ